ਹਾਂ ਜੀ ਭਾਈ ਮਹਿੰਦੀ, ਜ਼ਰਾ ਕੋਈ ਸ਼ੁਗਲ ਮਿਲਿਆ ਵਾਲੀ ਕੋਈ ਗੱਲ ਪੁਰਾਣੀ, ਕੋਈ ਯਾਦਾਸ਼ ਕੱਢੋ, ਕੋਈ ਗੱਲਬਾਤ। ਪਾਣੀ ਦਾ ਪਲਾ ਉਹ ਚਾਰਾ ਗਿਆ ਥੱਲੇ ਜਾ ਕੇ ਪਾਣੀ ਦਾ ਕੋਲ ਲਿਆਂਦਾ, ਗਲਾਸ ਲੈਂਦਾ, ਲੋ ਜੀ ਪੀਓ। ਉਧਰ ਇਹਨੇ ਆਖਿਆ ਜੀ ਮੰਨਵੀ ਪਲਾ, ਫਿਰ ਗਿਆ ਵਿਚਾਰਾ, ਫਿਰ ਲੈ ਗਿਆ, ਤੀਸਰੇ ਨੇ ਕਿਹਾ ਮੰਨਵੀ ਪਲਾਈ, ਸਬੱਬੀ ਆਏ ਮੰਨਵੀ ਪਲਾ ਸੜ। ਠੀਕ ਹੋ ਗਿਆ। ਉਹਨੇ ਸਾਰਿਆਂ ਨੂੰ ਪੁੱਛਿਆ ਆ ਵੀ ਕਿੰਨੇ ਕਿੰਨੇ ਪਾਣੀ ਪੀਣ ਲੱਗਾ, ਸਾਰੇ ਹੀ ਪਾਣੀ ਪੀਣੇ। ਉਹਨੇ ਕਿਹਾ ਸਾਰੇ ਹੀ ਪਾਣੀ ਪੀਤਾ ਤੇ ਮੇਰੇ ਤਾਂ ਸਰਕੀ ਫਿਰ ਇੱਥੇ ਹੀ ਹੋ ਜਾਣੀ ਹੈ, ਫਿਰ ਪਹਿਲੇ ਨੂੰ ਉਤਰੇ ਲੱਗ ਜਾਏਗੀ, ਪਹਿਲੇ ਉਤਰੇ ਲੱਗ ਜਾਣੀ ਹੈ। ਉਹਨੇ ਤੋੜਤਾ ਦੋ ਦਾਟੀਆਂ ਪੌੜੀ ਲਗਾਉਣ ਦਾ, ਆ ਲੋ ਇਹ ਮੈਂ ਮਰ ਗਿਆ, ਜਾ ਨਲਕੇ ਦੇ ਕੋਲੇ ਡਿੱਗਾ। ਅੱਛਾ। ਉਹ ਸਾਰੇ ਲੱਗੇ, ਉਹ ਜੀਰਿਆ ਕੇ ਆ, ਜੀਰਿਆ ਕੇ ਆ। ਉਹਨੇ ਕਿਹਾ ਸਬੱਬੀ ਆਏ ਪਾਣੀ ਪੀ ਲਓ, ਸਾਰੇ ਲੱਗੇ ਤੇ ਬਾਕੀ ਤੁਹਾਨੂੰ ਛੱਤ ਲੈ ਕੇ ਤੁਹਾਨੂੰ ਮੈਂ ਤੁਹਾਨੂੰ ਬਾਕੀ ਦੀ ਸਟੋਰੀ ਸੁਣਾਵਾਂਗਾ। ਦੇਖ ਲੋ ਕਿੱਡੇ ਸਿਆਣੇ ਲੋਕ ਹੋ, ਸਾਦੇ ਲੋਕ ਹੈ, ਲੇਕਿਨ ਇਹ ਦੇਖੋ ਉਹਨੇ ਟੈਕਨੀਕ ਕੈਸੀ ਸਮਾਈ। ਉਹਨੇ ਕਿਹਾ ਸਬੱਬੀ ਆਇਓ ਪਾਣੀ ਪੀਓ, ਨਲਕੇ ਤੋਂ ਤੇ ਖੁਦਾ ਦਾ ਵਾਸਤਾ ਜੀ ਉੱਪਰ ਚੜੋ, ਤੁਸੀਂ ਤਾਂ ਮੈਨੂੰ ਲੈ ਦੇ ਗਏ ਜ਼ਾਲਮੋ। ਲੋ ਵੀ ਦੋਸਤੋ, ਭਾਈ ਮਹਿੰਦੀ ਦੀ ਇਹ ਗੱਲ ਸ਼ੇਅਰ ਕਰੋ ਤੇ ਨਾਲੇ ਇੰਜੋਏ ਕਰੋ।